ਵਾਇਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਚੈਨਲ ਦੇਖ ਰਹੇ ਯੂਕੇ ਯੋਰਪ ਅਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਤ ਸਿੰਘ ਜੀ ਪੱਟੀ ਸੋ ਉਹਨਾਂ ਨਾਲ ਫਤਿਹ ਦੀ ਪਾਉਂਦੇ ਆਂ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਆਂ ਸ਼ੁਰੂਆਤ ਪੱਟੀ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪੱਟੀ ਸਾਹਿਬ ਸਭ ਤੋਂ ਪਹਿਲੀ ਖਬਰ ਮੈਂ ਤੁਹਾਡੇ ਤੋਂ ਇਹ ਜਾਣਨੀ ਚਾਹੁੰਦਾ ਆ ਕਿ 6 ਜੂਨ ਵਾਲੇ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਬਿਆਨੀ ਉਹਨਾਂ ਕੋ ਮੀਡੀਆ ਨੇ ਪੁੱਛਿਆ ਜਦੋਂ ਕਿ ਖਾਲਸਾਣ ਦੇ ਬਾਰੇ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਜਦੋਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਆ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਛਾ ਰੱਖਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਕਿਹੜਾ ਸਿੱਖ ਹੈ ਜਿਹੜਾ ਨਹੀਂ ਇੱਛਾ ਰੱਖਦਾ ਸੋ ਉਹਨਾਂ ਦੇ ਬਿਆਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਕੁਝ ਉਹਨਾਂ ਦੇ ਹੱਕ 'ਚ ਕੁਝ ਉਹਨਾਂ ਦੇ ਵਿਰੋਧ ਦੇ ਵਿੱਚ ਕੁਝ ਇਸ ਤਰੀਕੇ ਦੀ ਕੁਝ ਕਹਿ ਰਿਹਾ ਕਿ ਜਥੇਦਾਰ ਸਾਹਿਬ ਜਿਹੜੇ ਆ ਉਹ ਤਾਂ ਇਹ ਗੱਲ ਕਹੀ ਆ ਕਿ ਕਾਲੀ ਦਲ ਸੱਤਾ ਤੋਂ ਬਾਹਰ ਆ ਜਦੋਂ ਕਾਲੀ ਦਲ ਸੱਤਾ ਦੇ ਵਿੱਚ ਆ ਗਿਆ ਉਦੋਂ ਇਹਨਾਂ ਨੇ ਇਸ ਗੱਲ ਤੋਂ ਪਲਟ ਜਾਣਾ ਆ ਸੋ ਤੁਹਾਡੀ ਕੀ ਪ੍ਰਤੀਕਿਰਿਆ ਇਹਦੇ ਉੱਤੇ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਣ ਦੇ ਪਿੱਛੇ ਕੀ ਕਾਰਨ ਸਮਝਦੇ ਹੋ ਪਹਿਲੀ ਗੱਲ ਤੇ ਆਪੀ ਜਥੇਦਾਰ ਸਾਹਿਬ ਨੇ ਮੰਗਿਆ ਨਹੀਂ ਜੀ ਖਾਲਸਤਾਨ ਦੀ ਗੱਲ ਕੀਤੀ ਗਈ ਹੈ ਤੇ ਜਿਹੜਾ ਇੱਕ ਪੱਤਰਕਾਰ ਸੀ ਉਹਨੇ ਇੰਨੀ ਗੱਲ ਕਹੀ ਜੀ ਬਾਹਰ ਨਾਰੇ ਲੱਗੇ ਨੇ ਖਾਲਸਤਾਨ ਦੇ ਅਕਾਲ ਤਖਤ ਦੇ ਸਾਹਮਣੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੂੰ ਉਹਨਾਂ ਨੇ ਇਹਨਾਂ ਕਿਹਾ ਜੀ ਵੇਖੋ ਜਦੋਂ ਸਮਾਗਮ ਚੱਲਦਾ ਉਦੋਂ ਨਾਰੇ ਨਹੀਂ ਲੱਗਣੇ ਚਾਹੀਦੇ ਬਾਅਦ ਚ ਲੱਗੇ ਤੇ ਕੋਈ ਗੱਲ ਨਹੀਂ ਕੀ ਫਿਰ ਕਹਿੰਦਾ ਉਹ ਜੀ ਦੂਸਰੀ ਚੀਜ਼ ਉਹਨੇ ਕਿਹਾ ਵੀ ਕੀ ਤੁਸੀਂ ਖਾਲਸਤਾਨ ਦੇ ਹੱਕ ਚੋਂ ਜਾਂ ਮੰਗ ਚ ਖਾਲਸੀ ਮੰਗ ਕਰਦੇ ਹੋ ਤੁਸੀਂ ਹੂੰ ਜਥੇਦਾਰ ਕੁਝ ਸੈਕਿੰਡ ਸੋਚਦੇ ਰਿਹਾ ਤੇ ਮੁੜ ਕੇ ਜਵਾਬ ਦਿੱਤਾ ਵੀ ਵੇਖੋ ਜੀ ਜੇ ਕੇਂਦਰ ਸਰ ਸਾਨੂੰ ਦੇ ਦੇਵੇਗੀ ਤੁਸੀਂ ਇਨਕਾਰ ਨਹੀਂ ਕਰਾਂਗੇ ਹਮਮ ਨਾਲੋਂ ਨਾਲ ਗੱਲ ਕਹੀ ਵੀ ਜੇ ਮਿਲ ਜਾਵੇ ਤੇ ਅੰਨਾ ਕੀ ਪਾਏ ਚਾਰ ਅੱਖ ਹਮ ਦੋ ਹੁੰਦੀਆਂ ਪਰ ਦੋ ਤਾਂ ਆਪਣੇ ਕੋਲ ਵੱਧ ਵੱਧੀਆਂ ਇਹਦੀ ਮਤਲਬ ਕੀ ਨਹੀਂ ਆਈ ਉਹਨਾਂ ਨੂੰ ਜੀ ਜੀ ਅੰਨਾ ਕੀ ਪਾਲੇ ਚਾਰ ਅੱਖਾਂ ਉਹਨਾਂ ਨੇ ਕਿਹਾ ਅੰਨਾ ਕੀ ਪਾਲੇ ਚਾਰ ਅੱਖਾਂ ਜੀ ਹੁਣ ਜਥੇਦਾਰ ਸਾਬ ਨੇ ਕੋਈ ਮੰਗ ਨਹੀਂ ਕੀਤੀ ਹਮ ਜਥੇਦਾਰ ਸਾਬ ਨੇ ਕੋਈ ਹੱਕ ਹੱਕ ਨਹੀਂ ਜਿਤਾਇਆ ਹਮ ਉਹਨੇ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ ਵੀ ਜੇ ਕੇਂਦਰ ਸਰਕਾਰ ਦੇ ਦੇਵੇਗੀ ਹੂੰ ਹੂੰ ਕੇਂਦਰ ਸਰ ਕਿਉਂ ਦੇਉ ਕਿਉਂ ਦੇਉਗੀ ਵੀ ਤਾਂ ਹੂੰ ਇਹਦੇ ਵਾਸਤੇ ਜੇ ਖਾਲਸਾਣ ਦੀ ਉਹ ਡਿਮਾਂਡ ਕਰਦੇ ਤੇ ਉਹਦੇ ਵਾਸਤੇ ਇੱਕ ਰਣਨੀਤੀ ਬਣਾਈ ਜਾਂਦੀ ਹੈ ਉਹਦੇ ਵਾਸਤੇ ਬੁੱਧੀਜੀਵੀ ਵਰਗ ਦੀ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਫੈਸਲਾ ਦਿੰਦੀ ਹੈ ਉਹਦੇ ਤੇ ਹੂੰ ਪਰ ਅਸੀਂ ਜੰਗ ਕਿਵੇਂ ਸ਼ੁਰੂ ਕਰਨੀ ਹੂੰ ਹੂੰ ਤੇ ਜਥੇਦਾਰ ਪਹਿਲੇ ਜਥੇਦਾਰ ਨਹੀਂ ਜੀ ਜਿੰਨਾ ਖਾਲਸਾ ਦੇ ਹੱਕ ਦੀ ਗੱਲ ਕੀਤੀ ਹੋਵੇ ਇਹ ਗੱਲ ਬੇਤੀਸਾ ਮੇਰੇ ਜ਼ਾਹਨ ਦੇ ਵਿੱਚ ਆਉਂਦੀ ਆ ਕਿ ਜਿਵੇਂ ਅਕਾਲੀ ਦਲ ਦੀ ਗੱਲ ਕਰਦੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਐਵੇਂ ਦੀਆਂ ਗੱਲਾਂ ਕਰਦਾ ਆ ਕਿ ਪੰਥ ਜਿਹੜਾ ਸਾਰਾ ਆ ਜਾਂ ਜਿਹੜੇ ਪੰਥ ਦੇ ਆਣੇ ਉਹ ਸਾਰਾ ਕੁਝ ਆਪਣੇ ਵੱਲ ਲੈ ਕੇ ਆਈ ਸਰ 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 ਕਿਉਂਗਾ ਜੀ ਉਹਦੇ ਵਿੱਚ ਕੀ ਹੋਇਆ ਜੀ ਜਦੋਂ ਪ੍ਰੋਫੈਸਰ ਬੰਜੀਤ ਸਿੰਘ ਇਥੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸੀ ਤੇ ਪਾਈ ਰਣਜੀਤ ਸਿੰਘ ਜੇਲ ਸੰਧੜੇ ਜਥੇਦਾਰ ਕਾਲ ਤਖਤ ਸਨ ਜੀ ਜੀ ਉਸ ਟਾਈਮ ਤੇ ਜਹਦੜ ਗੁਰਚਰਨ ਸਿੰਘ ਟੋੜਾ ਕੋਲੋਂ ਇੱਕ ਕਰਮਜੀਤ ਸਿੰਘ ਪੱਤਰਕਾਰ ਕੋਲੋਂ ਇੱਕ ਐਲਾਨਨਾਮਾ ਤਿਆਰ ਕਰਾਇਆ ਗਿਆ ਹੂੰ ਤੇ ਕਰਮਜੀਤ ਸਿੰਘ ਵਰਨਦਾ ਆਪਣੇ ਆਰਟੀਕਲ ਚੰਨੀ ਲਿਖੀ ਤੇ ਮੈਨੂੰ ਇੰਨੀ ਗੱਲ ਜਹਦੜ ਟੋੜਾ ਨੇ ਕਿਹਾ ਵੀ ਉਹਦੇ ਚ ਮੰਗਾ ਸਾਰੀਆਂ ਖਾਲਸਾ ਵਾਲੀਆਂ ਹੁਣ ਜੀ ਲੇਕਿਨ ਉਹਦੀ ਦਿੱਖ ਜਿਹੜੀ ਖਾਲਸਾ ਨਾਲ ਲੱਗਦਾ ਜੀ ਹਾਂ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀ ਸਾਰੀ ਖਾਲਸਾ ਦੀ ਗੱਲ ਕੀਤੀ ਜੀ ਲੇਕਿਨ ਨਾ ਖਾਲਸਾ ਦਾ ਨਹੀਂ ਵਰਤਿਆ ਜੀ ਉਹ ਖਾਲਸਾ ਦਾ ਨਾਂ ਨਹੀਂ ਵਰਤੇ ਉਹਨਾਂ ਨੇ ਲੇਕਿਨ ਉਹ ਐਲਾਨਨਾਮਾ ਸੀ ਐਲਾਨਨਾਮੇ ਤੇ ਉੱਥੇ ਕੈਪਟਨ ਮਰਿੰਦਰ ਸਿੰਘ ਨੇ ਸਾਈਨ ਕੀ ਜੀ ਉਸ ਤੇ ਪਹਿਲਾਂ ਬੁੱਤਰ ਸੁਖਾਲੀ ਨੇ ਇੱਕ ਦਿੱਤਾ ਸੀ ਮੰਗ ਪੱਤਰ ਦਿੱਤਾ ਗਿਆ ਸੀ ਜਿਹੜੇ ਹੈਗੇ ਸੀ ਜਿਹੜੇ ਯੂਨਿਓ ਦੇ ਜਨਰਲ ਸੈਕਟਰੀ ਜੀ ਉਹਦੇ ਵਿੱਚ ਬਾਦਲ ਸਾਹਿਬ ਵੀ ਸਾਈਨ ਸੀ ਕੈਪਟਨ ਸਰਬਦੀਪ ਸਾਈਨ ਸੀ ਬਰਨਾਲਾ ਸਾਹਿਬ ਸਭ ਦੇ ਸਾਈਨ ਸੀ ਜੀ ਲੇਕਿਨ ਉਹ ਐਲਾਨਨਾਮੇ ਨੂੰ ਸਿਰਫ ਕੈਪਟਨ ਐਲਾਨਨਾਮੇ ਨੂੰ ਸਿਰਫ ਜਿਹੜੇ ਸੀ ਸਰਦਾਰ ਸਿਮਰ ਸਿੰਘ ਮਾਨ ਨੇ ਮਾਨਤਾ ਦਿੱਤੀ ਜੀ ਬਾਕੀ ਸਾਰੇ ਕੁਛ ਦਿਨਾਂ ਬਾਅਦ ਹੀ ਛੱਡ ਕੇ ਭੱਜ ਗਏ ਸੀ ਹੂੰ ਕਿ 14 ਅਪ੍ਰੈਲ 2 ਜਾਂ 1956 95 ਦੀ ਗੱਲ ਹੈ ਹੂੰ ਹੂੰ ਕਿ 94 ਦੀ ਗੱਲ ਇਹ ਮੈਨੂੰ ਪੱਕਾ ਯਾਦ ਨਹੀਂ ਜੀ ਉਦੋਂ ਇਕਤਾ ਦੀ ਗੱਲ ਕੀਤੀ ਕਿ ਸਾਰੇ ਅਸਤੀਫਾ ਦੇ ਦਿੱਤੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੀ ਉਹ ਨਹੀਂ ਦਿੱਤਾ ਜੀ ਉਹ 2 ਮਈ ਨੂੰ ਉਹਨਾਂ ਤੋਂ ਤਲਬ ਕੀਤਾ ਗਿਆ ਸੀ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਤੇ ਉਹ ਕੱਲੇ ਨਹੀਂ ਛਿ ਆਏ ਉਹ ਨਾਲ ਹਜ਼ਾਰਾਂ ਆਪਣੇ ਪੈਰੋਂ ਘਰਣ ਵਾਲੇ ਕਿਹਾ ਗਏ ਸੀ ਜੀ ਉਹ ਪਰੋਕਰ ਇਹੋ ਜੀ ਜਿਨ੍ਹਾਂ ਨੇ ਆਪਣੇ ਤਮਾਕੂ ਖਾ ਖਾ ਕੇ ਪ੍ਰਕਰਮਜ ਠੁੱਕਿਆ ਵੀ ਗੰਦ ਵੀ ਪਾਇਆ ਉੱਥੇ ਅੱਛਾ ਜੀ ਬੜਾ ਮੰਦਾ ਹਾਲ ਸੀਗਾ ਹਾਂ ਲੇਕਿਨ ਉਸ ਟਾਈਮ ਤੇ ਰਣਜੀਤ ਸਿੰਘ ਬਰੰਪੁਰਾ ਤੇ ਇੱਕ ਸਾਥੀ ਇਹਨਾਂ ਤੇ ਹੋ ਸੀ ਇਹਨਾਂ ਨੇ ਜਹਦਰ ਦੇ ਬੂਏ ਨੂੰ ਜਹਦਰ ਦੇ ਦਰਵਾਜੇ ਤੇ ਪਿਆਰੇ ਮਾਰੇ ਸੀ ਗਾਲਾਂ ਵੀ ਕੱਢੀਆਂ ਸੀ ਜੀ ਚਲੋ ਉਹਨਾਂ ਨੂੰ ਤੋਰਤਾ ਉਸ ਤੋਂ ਬਾਅਦ ਜਿਹੜਾ ਸੀ ਇਹ ਬਾਦਲ ਦੇ ਟੋਲਾ ਫੇਰ ਇਕੱਠੇ ਹੋ ਗਏ ਤੇ ਇਹ एलान ਨਾਮ ਦੇ ਨਾਲ ਗੱਡ ਛੋੜੇ ਬਣਿਆ ਸੀ ਖਿੱਲੜ ਪੁਲੜ ਗਿਆ ਹਾਂ ਹਾਂ ਉਦੋਂ ਹੀ ਜਿਹੜਾ ਸਰਦਾਰ ਸਿਮਰ ਸਿੰਘ ਮਾਨ ਨੇ ਜਿਹੜਾ ਰੱਖਿਆ ਸੀ ਨਾਂ ਆਪਣਾ ਜਥੇਬੰਦੀ ਦਾ ਉਹ ਅਮਰਸਰ ਉਦੋਂ ਪਿਆ ਸੀਗਾ ਪਹਿਲਾ ਮਾਨ ਕਹਿੰਦੇ ਹੁੰਦੇ ਸੀ ਹਾਂ 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 ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਦੀ ਆਪਾਂ ਗੱਲ ਕਰ ਲੈਂਦੇ ਆ ਜੀ ਜੀ ਜਦੋਂ ਭਾਈ ਰਣਜੀਤ ਸਿੰਘ ਜੇਲ੍ਹ ਚੋਂ ਆਏ ਨੇ ਜਸਹਰ ਬਣੇ ਨਜਹਰ ਚਾਂਸ ਲਿਆ ਹਾਂ ਇਹ ਜਰਮਨੀ ਚ ਗਏ ਅੱਛਾ ਜੀ ਜਰਮਨੀ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਇੱਕ ਮੈਂਕੀਏ ਪੁੱਛ ਲਿਆ ਵੀ ਸਿੰਘ ਸਾਹਿਬ ਜੀ ਤੁਹਾਡਾ ਖਾਲਸਾ ਸੰਭਰ ਕੀ ਵਿਚਾਰ ਹਾਂ ਉਹਨਾਂ ਨੇ ਕਿਹਾ ਵੀ ਤੇਰਾ ਜਿਹੜਾ ਜਵਾਈ ਆ ਉਹ 12 ਸਾਲ ਜੇਲ੍ਹ ਕੱਟ ਕੇ ਆਇਆ ਵਾ ਹੂੰ ਮੇਰੇ ਨਾਲ ਬਿਹਤਰ ਉਹਨੂੰ ਜਦ ਪਤਾ ਹੋਊਗਾ ਅੱਛਾ ਰੀ ਗੱਲ ਮੇਰੀ ਹੂੰ ਮੈਂ 13 ਸਾਲ ਜੇਲ੍ਹ ਕੱਟੀ ਆ ਜੀ ਇੱਥੇ ਤੂੰ ਆਪ ਹੀ ਅੰਦਾਜ਼ਾ ਲਾ ਲਾ ਵੀ ਮੇਰੇ ਖਾਲਸਤਾਨ ਬਾਰੇ ਕੀ ਵਿਚਾਰ ਹੈ ਹੂੰ ਭਾਈ ਰੰਜੀਤ ਸੁੱਚਲੇ ਜੀ ਹੂੰ ਮੁੜ ਕੇ ਅੱਗੇ ਜੀ ਗਿਆਨੀ ਪੂਰਨ ਸਿੰਘ ਹੋਰੀ ਜੱਥੇ ਰਾਂਗੇ ਜੀ ਗਿਆਨੀ ਪੂਰਨ ਸਿੰਘ ਭਾਵੇਂ ਇਹ ਕਹਿੰਦੇ ਗਏ ਇਹ ਕਹਿੰਦੇ ਰਹੇ ਨੇ ਵੀ ਸਿੱਖ ਲਾਬਕੁਸ਼ ਦੀ ਔਲਾਦ ਨੇ ਜੀ ਸਿੱਖ ਕਿਸਾ ਤਰੀ ਹਿੰਦੂ ਨੇ ਹਮ ਲੇਕਿਨ ਇਹ ਪਾਕਿਸਤਾਨ ਜਦੋਂ ਗਏ ਸੀ ਸਿੰਘ ਸਿੰਘਣੀਆਂ ਦੇ ਗੁਰਦੁਆਰੇ ਦੇ ਉਦਘਾਟਨ ਕਰਨ ਵਾਸਤੇ ਤੇ ਉਦੋਂ ਇਹਨਾਂ ਨੂੰ ਖਾਲਸਾਤਨ ਬਾਰੇ ਤੇ ਨਾਵੇਂ ਭਾਰਤੀ ਜੀ ਵਾਕ ਚ ਹਮ ਲੇਕਿਨ ਲਾਬਕੁਸ਼ ਦੀ ਔਲਾਦ ਕਹਿੰਦੇ ਉੱਤੇ ਉੱਤੇ ਵਿਦੇਸ਼ੀ ਛੱਕਾਂ ਦੇ ਵਿਰੋਧ ਕੀਤਾ ਸੀ ਤੇ ਇਹਨਾਂ ਨੂੰ ਸਮਾਗਮ ਚੋਂ ਉੱਠ ਕੇ ਆਉਣਾ ਪਿਆ ਸੀ ਜੀ ਲੇਕਿਨ ਗਿਆਨੀ ਪੂਰਨ ਸਿੰਘ ਉਹ ਸ਼ਖਸ ਹਮ ਗਿਆਨੀ ਪੂਰ ਸਿੰਘ ਗੋਰੀ ਉਹ ਸ਼ਖਸ ਨੇ ਜਿਹੜੇ ਸ਼ਖਸ ਨੇ ਜਿਹੜਾ ਸੀ ਸੱਤ ਭਿੰਡਰ ਵਾਲੇ ਸੰਗ ਕੀਤਾ ਜੀ ਉਸ ਤੋਂ ਪਹਿਲਾਂ ਜਿਹੜੇ ਉਸ ਤੋਂ ਬਾਅਦ ਵੀ ਜਿਹੜੇ ਮੁੰਡੇ ਇੱਥੇ ਖਾਲਸਾ ਦੀ ਅੰਦਰ ਹੈਗੇ ਸੀ ਉਹਨਾਂ ਦੇ ਸਾਥੀ ਰਹੇ ਹੂੰ 5 ਜੂਨ ਨੂੰ ਜਦੋਂ ਸੇ ਸੱਤ ਭਿੰਡਰ ਵਾਲੇ ਦੇ ਕੋਲ ਬੈਠੇ ਸੀ ਜਿਹੜੇ ਖਾਲਸਾ ਦੇ ਹਾਮੀ ਸੀਗੇ ਜੀ ਫਸਟ ਟਾਈਮ ਤੇ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਦਰਬਾਰ ਸਭਾ ਦੇ ਅੰਦਰ ਭੇਜਿਆ ਵੀ ਜਾਓ ਤੁਸੀਂ ਮर्यादा ਭੰਗ ਨਹੀਂ ਹੁੰਡਣੀ ਆਪਾਂ ਮर्याਦਾ ਜਾਰੀ ਰੱਖੋ ਤੁਸੀਂ ਜੀ ਪੰਜ ਨੂੰ ਇਹ ਅੰਦਰ ਗਏ ਮੜ ਕੇ ਦੋ ਤਿੰਨ ਦਿਨ ਬਾਅਦ ਅੰਦਰ ਬਾਹਰ ਆਏ ਉਹ ਇੱਕ ਅਲੱਗ ਮੈਟਰ ਹੈ ਉਹ ਵੱਖਰੀ ਗੱਲ ਕਰਾਂਗੇ ਕਿਤੇ ਜੀ ਹੁਣ ਗਿਆਨੀ ਪੂਰਨ ਸਿੰਘ ਵੀ ਖਾਲਸਾ ਦੇ ਅਕਚਰ ਹੈ ਹਾਂ ਵਿਰੋਧਨ ਨਾ ਵੀ ਕੀਤਾ ਹਾਂ ਅੱਗੇ ਆਦੇ ਆਪਾਂ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਦੀ ਜੀ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ ਨੇ ਪਹਿਲਾ ਤੇ ਇਹ ਸਿੱਖਿਕ ਵਖਰੀ ਹੁੰਮ ਕੌਣ ਦਾ ਇੱਕ ਮੋਹਰ ਲਾਈ ਜਦੋਂ ਨੇ ਕੈਲੰਡਰ ਬਣਾਇਆ ਹਮ ਨਾਨਕ ਸ਼ੈ ਕੈਲੰਡਰ ਬਣਾਇਆ ਤੇ ਮੋਹਰ ਲਾਈ ਵੀ ਸਿੱਖਿਕ ਵਖਰੀ ਕੰਮ ਕਿਸੇ ਦਾ ਹੱਸਾ ਨਹੀਂ ਹਮ ਇਹਨਾਂ ਤੇ ਬੜਾ ਦਬਾਅ ਪਾਇਆ ਗਿਆ ਆਰਐਸ ਦੇ ਆਗੂ ਹੈ ਬੀਜੇਪੀ ਦੇ ਆਗੂ ਹੈ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ ਜਿਹੜੇ ਸੀਗੇ ਇਹਨਾਂ ਨੇ ਵੀ ਕੈਨੇਡਾ ਜਾ ਕੇ ਪਤਾ ਨਹੀਂ ਕਿਤੇ ਜਾ ਕੇ ਕਹਿ ਦਿੱਤਾ ਸੀ ਜੀ ਮੈਂ ਤੁਹਾਨੂੰ ਦੱਸਾਂਗਾ ਜੀ 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 ਅੱਛਾ ਉਹ ਉੱਥੇ ਜਦੋਂ ਇਹ ਕਲੰਡਰ ਤਿਆਰ ਕੀਤਾ ਇਹਨਾਂ ਤੇ ਬੜਾ ਦਬਾਅ ਪਾਇਆਗਾ ਲੇਕਿਨ ਇਹਨਾਂ ਕਲੰਡਰ ਲਾਗੂ ਕਰਤਾ ਕਿਉਂਕਿ ਉਸ ਟਾਈਮ ਤੇ ਅਕਾਲੀ ਦਲ ਸੱਤਾ ਤੋਂ ਬਾਹਰ ਸੀ ਜੀ 7 ਨਵੰਬਰ 2000 ਨੂੰ ਜਿਹੜੇ ਗਿਆਨੀ ਵਿਦਵਾਨਤੀ ਨੇ ਉਹਨਾਂ ਨੇ ਕਿ ਬਿਆਨ ਦਿੱਤਾ ਸੀ ਹਮ ਬਿਆਨ ਦਿੱਤਾ ਸੀ ਵੀ ਬਾਰ-ਬਾਰ ਜਿਹੜੇ ਇਹ ਮੁਖੀ ਦੇ ਸਾਡੇ ਆਰਐਸ ਦੇ ਉਹ ਕਹਿੰਦੇ ਸੀ ਇੱਕ ਸਿੱਖ ਕੇਸਾ ਤਾਰੀ ਹਿੰਦੂ ਨੇ ਉਹ ਹਿੰਦੂ ਧਰ ਦਾ ਅੰਗ ਨੇ ਜੀ ਉਸ ਟਾਈਮ ਤੇ ਗਿਆਨੀ ਜੋਗਿੰਦਰ ਸਿੰਘ ਵਿਦਾਤੀ ਜੀ ਕੇ ਬਿਆਨ ਦਿੱਤਾ ਸੀਗਾ ਹੂੰ ਵੀ ਜਿਹੜੀ ਆਰਐਸਐਸ ਆ ਇਹ ਮਤ ਭੁੱਲੇ ਵੀ ਸਿੱਖ ਜਿਹੜਿਆ ਹਿੰਦੂ ਨੇ ਸਿੱਖਾਂ ਦਾ ਇੱਕ ਵੱਖਰਾ ਧਰਮ ਆ ਉਹ ਵੱਖਰਾ عقیدہ ਵਾ ਉਹ ਵੱਖਰਾ ਉਹਨਾਂ ਦਾ ਗੰਦ ਕਰਨਥਾ ਉਹਨਾਂ ਦਾ ਵੱਖਰਾ ਪੰਥ ਜੀ ਇਸ ਕਰਕੇ ਹਿੰਦੂ ਤਰਫ ਤੋਂ ਬਿਲਕੁਲ ਵੱਖਰੇ ਨੇ ਹੂੰ ਹੂੰ ਤੇ ਇਹਨੂੰ ਇਹ ਯਾਦ ਹੋਣਾ ਚਾਹੀਦਾ ਵੀ ਜਿਹੜੇ ਸਿੱਖ ਆਪਣੇ ਕੀਦੇ ਵਾਸਤੇ ਕੀ ਕੁਝ ਕਰ ਸਕਦੇ ਆ ਜੀ ਸਿੱਖਾਂ ਦੇ ਵਿੱਚ ਜਿਹੜੀ ਆ ਉਹ ਸਿਰ ਦੇਣ ਵਾਲੇ ਤੇ ਸਿਰ ਲੈਣ ਦੀ ਕਮੀ ਕੋਈ ਨਹੀਂ ਹੈਗੀ ਜੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਹੂੰ 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 ਔਰ ਉਹਨਾਂ ਨੇ ਬਾਦਲ ਦਾ ਫਿਰ 9 ਤਰੀਕ ਨੂੰ ਬਿਆਨ ਆਇਆ ਜੀ ਪੀ ਆਰ ਐਸਐਸ ਜਿਹੜੀ ਆ ਦੇਸ਼ ਭਗਤ ਜਥੇਬੰਦੀ ਆ ਜਿਹੜਾ ਉਹਦੇ ਖਿਲਾਫ ਬੋਲਦਾ ਉਹ ਦੇਸ਼ ਦਾ ਗਦਾਰ ਹੋਊਗਾ ਜੀ ਬਦਲਤੀ ਸਭ ਕੁਝ ਨਹੀਂ ਬੋਲਦੇ ਹੂੰ ਮੁੜ ਕੇ ਕੈਲੰਡਰ ਲਾਗੂ ਹੋ ਗਿਆ ਕੈਲੰਡਰ ਲਾਗੂ ਦਾ ਵਿਰੋਧ ਵੀ ਹੋਇਆ ਮੁੜ ਕੇ ਜਿਹੜੇ ਸੀ ਇਹ ਉਹ ਕੈਲੰਡਰ ਲਾਗੂ ਕਰਨ ਵਿੱਚ ਬਾਦਲ ਵੀ ਸ਼ਾਮਲ ਸਨ ਸਾਰੇ ਸ਼ਾਮਲ ਸਨ ਲੇਕਿਨ ਉਹ ਸੱਤਾ ਤੋਂ ਬਾਹਰ ਸਨ ਜੀ ਜੋ ਯਾਰ 4 ਦੇ ਵਿੱਚ ਫਿਰ ਆਰਐਸ ਨੇ ਇੱਕ ਬਿਆਨ ਦਿੱਤਾ। ਹੂੰ। ਵੀ ਪੰਜ ਤਖਤਾਂ ਤੋਂ ਅਸੀਂ ਨਗਰ ਕੀਰਤਨ ਲੈ ਕੇ ਆਵਾਂਗੇ ਨਾਲ ਉਹਨੇ ਵੀ ਬਿਆਨ ਦਿੱਤਾ ਵੀ Hindu ਮੰਦਿਰਾਂ 'ਚ ਅਸੀਂ ਆਪਣੇ ਪ੍ਰਕਾਸ਼ ਕਰਨਗੇ ਗੁਰਗਨ ਸਾਹਿਬ ਦੇ। ਜੀ। ਉਦੋਂ ਵੀ ਬੜਾ ਸ਼ਕਤੀ ਦਾ ਬਿਆਨ ਦਿੱਤਾ ਸੀ ਜਿਹੜਾ ਪਹਿਲਾਂ ਦਿੱਤਾ ਸੀ ਸਤੂ ਨੰਬਰ ਨੂੰ ਉਹੀ ਬਿਆਨ ਸੇਮ ਜਿਹੜਾ ਸੀ ਮਦਾਨਤੀ ਸਾਹਿਬ ਨੇ ਫਿਰ ਦਿੱਤਾ ਸੀਗਾ। ਹੂੰ ਹੂੰ। ਆਰਐਸ ਨੂੰ ਸਮਝਾਇਆ ਸੀ। ਜੀ। ਵੀ ਸਿੱਖਤ ਵਿੱਚ ਸਿਰ ਲੈਣ ਤੇ ਸਿਰ ਦੇਣ ਵਾਲੀ ਕਮੀ ਖੋਈ ਦੀ। ਜੀ। ਉਸ ਤਾਈਪ ਤੇ ਬਾਦਲ ਪਰਿਵਾਰ ਸੱਤਾ ਤੋਂ ਬਾਹਰ ਸੀ ਕੋਈ ਨਹੀਂ ਬੋਲਿਆ ਹਾਂ ਸ਼ਾਬਾਸ਼ ਜੀ ਕੋਈ ਗੱਲ ਨਹੀਂ ਚੱਕਦੇ ਮਤਲਬ ਜਦੋਂ ਬਾਦਲ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਉਹ ਗੱਲ ਕਰਦੇ ਖਾਲਸਾਣ ਦੀ ਉਦੋਂ ਉਦੋਂ ਖਾਲਸਾਣ ਦੀ ਗੱਲ ਕਰਦੇ ਜਦੋਂ ਸੱਤਾ ਚੱਲ ਜਾਂਦੀ ਆ ਤੇ ਉਦੋਂ ਫਿਰ ਉਹਦੇ ਉਲਟ ਹੋ ਜਾਂਦੇ ਉਦੋਂ ਉਹ ਆਰਐਸ ਦੇ ਭਖਤ ਬਣ ਜਾਂਦੇ ਆ ਜੀ ਹੁਣ ਅੱਗੇ ਚੱਲਦੇ ਆ ਗਿਆਨੀ ਜੋਗਿੰਦਰ ਸਿੰਘ ਬਦਾਤੀ ਕਹੇ ਨਿਊਯਾਰਕ ਜੀ ਨਿਊਯਾਰਕ ਉਥੇ ਕਿਸੇ ਨੇ ਪੁੱਛ ਲਿਆ ਵੀ ਸਿੰਘ ਸਾਹਿਬ ਜੀ ਕੀ ਤੁਸੀਂ ਖਾਲਸਾਣ ਬਣਦੇ ਹੱਕ ਜੀ ਹਾਂ ਉਹ ਕਹਿੰਦਾ ਵੀ ਵੇਖੋ ਜਿਹੜਾ ਆਹੜਾ ਉਹ ਪੰਛੀਆਂ ਦੇ ਬੰਦਾ ਹਾਂ ਜਨਵਰੀ ਵੀ ਆਪਣੇ ਵਾਸਤੇ ਕੁਝ ਕੁ ਖੁੱਡਾ ਲੱਭ ਲੈਂਦੇ ਆ ਖਲੋਣ ਵਾਸਤੇ ਰਹਿਣ ਵਾਸਤੇ ਹਾਂ ਤੇ ਜੇ ਉਹਨਾਂ ਵਾਸਤੇ ਆਹੜਾ ਹੁੰਦਾ ਖੁੱਡਾ ਹੁੰਦਾ ਤੇ ਫਿਰ ਸਿੱਖਾਂ ਵਾਸਤੇ ਖਾਲਸਾ ਮਿਲਦੀ ਤੇ ਮਾੜਾ ਕੀ ਹਾਂ ਆਪਣਾ ਘਰ ਮੇਲੇ ਚ ਤਾਂ ਘਰ ਹਰ ਕਿਤੇ ਹੁੰਦਾ ਹਾਂ ਉਸ ਬਿਆਨ ਤੋਂ ਬਾਅਦ ਫਿਰ ਆਰਐਸ ਜਿਹੜੀ ਸੀ ਹੱਥੋ ਕੇ ਪਿੱਛੇ ਪੈ ਗਈ ਤੇ 2008 ਚੋਂ ਛੁੱਟੀ ਹੋ ਗਈ ਜੀ ਗਿਆਨੀ ਗੁਰਪ੍ਰੀਤ ਸਿੰਘ ਆਏ ਹਾਂ ਉਹਨਾਂ ਨੇ 2010 ਦੇ ਵਿੱਚ ਜਿਹੜਾ ਸੀ ਕਲੰਡਰ ਦਾ ਭੋਗ ਪਾਤਾ ਹਮ ਲੇਕਿਨ ਕਦੀ ਵੀ ਉਹਨਾਂ ਖਾਲਿਸਤਾਨ ਦੇ ਵਿਰੋਧ ਚ ਬਿਆਨ ਨਹੀਂ ਦਿੱਤਾ ਹਮ ਭਾਵੇਂ ਕਿ ਉਹਨਾਂ ਦੀ ਟਿਨਿਓਰ ਦੇ ਵਿੱਚ ਅਕਾਲ ਤਖਤ ਦੇ ਉੱਤੇ ਜਿਹੜੇ ਸੀ ਉਹ ਗੜਬੜ ਹੁੰਦੀ ਰਹੀ ਬਹੁਤ ਜ਼ਿਆਦਾ ਹਮ ਲੇਕਿਨ ਜਦੋਂ ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਪ੍ਰਤਾਪ ਸਿੰਘ ਦੇ ਦਰਖਾਸਤ ਦੇ ਉੱਤੇ 28 ਨੌਜਵਾਨਾਂ ਦੇ ਖਿਲਾਫ ਮਕਦਮੇ ਦਰਜ ਕੀਤੇ ਗਏ ਸੀ ਹਮ ਉਹਨਾਂ ਦੇ ਪਰਿਵਾਰ ਫਿਰ ਆਏ ਸੀ ਗਿਆਨੀ ਗੁਰਵਚਨ ਸਿੰਘ ਕੋਲ ਵੀ ਸਾਡੇ ਬੰਦੇ ਕੋਲ ਗਲਤੀ ਸਮਝ ਲਉ ਸੀ ਤੇ ਗਿਆਨੀ ਗੁਰਵਚਨ ਸਿੰਘ ਨੇ ਐਸ.ਪੀ. ਨੂੰ ਕਿਹਾ ਸੀ ਇਹ ਬੱਚੇ ਆਪਣੇ ਨੇ ਕੋਈ ਗੱਲ ਨਹੀਂ ਮੁਕਦਮਾ ਵਾਪਸ ਲੈ ਲਓ ਹੂੰ ਮੱਕੜ ਦੀ ਤੇ ਗਿਆਨੀ ਉਹਨਾਂ ਦੀ ਬੁੱਧੀ ਬਣਦੀ ਦੀ ਸੀ ਮੱਕੜ ਮੁਕਦਮਾ ਵਾਪਸ ਲੈਣ ਲਈ ਤਿਆਰ ਨਹੀਂ ਸੀ ਹੂੰ ਉਹਨਾਂ ਨੇ ਫਿਰ ਸਰਕਾਰੀ ਅਪਰੋਚ ਕੀਤੀ ਜਦੋਂ ਕਾਲੀਤਲ ਨੂੰ ਅਪਰੋਚ ਕੀਤੀ ਤੇ ਫਿਰ ਉਹ ਮੁਕਦਮਾ 3-4 ਮਹੀਨੇ ਬਾਅਦ ਵਾਪਸ ਹੋ ਗਿਆ ਸੀ ਅੱਛਾ ਜੀ ਜੀ ਉਸ ਤੋਂ ਬਾਅਦ ਹੁਣ ਆਗੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਹਾਂ ਹਰਪ੍ਰੀਤ ਸਿੰਘ ਦੀ ਖਾਸੀਅਤ ਇਹ ਆ ਵੀ ਅਜੇ ਤੱਕ ਉਹਨਾਂ ਸਵੈ ਕਮੇਟੀਆਂ ਬਣਾਉਣ ਤੋਂ ਕੋਈ ਕੰਮ ਨਹੀਂ ਕੀਤਾ ਜੇ ਉਹਨੂੰ ਕਹਿੰਦੇ ਜੀ ਕਮੇਟੀ ਖਾਲਸਾ ਦੀ ਪ੍ਰਾਪਤੀ ਵਾਸਤੇ ਕੀ ਕਰੋਗੇ ਤਾਂ ਕਹਿੰਦੇ ਕਮੇਟੀ ਬਣਾ ਦਿੰਦੇ ਹਾਂ ਉਹ ਕਮੇਟੀ ਬਣਾਉਣ ਦੇ ਬਾਰੇ ਬਾੜ ਹਾਂ ਹਾਂ ਲੇਕਿਨ ਰਿਪੋਰਟ ਉਹਨਾਂ ਤੇ ਕਾਰਵਾਈ ਕੋਈ ਨਹੀਂ ਕਰਦੀ ਹਾਂ ਹਾਂ ਹੁਣ ਵੀ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਬਾਤ ਦਾ ਬਤੰਗਲ ਬਣਾਇਆ ਜਾ ਰਿਹਾ ਸਿਰਫ ਜੀ ਉਹਨਾਂ ਕੁਝ ਵੀ ਗਲਤ ਨਹੀਂ ਕੀਤਾ ਉਹਨਾਂ ਦੇ ਇੱਕ ਡਿਪਲੋਮੈਟਿਕ ਜਵਾਬ ਸੀਗਾ ਜਿਹਦੇ ਨਾਲ ਹਰ ਸਿੱਖ ਦੀ ਜਿਹੜਾ ਵਿਰੋਧੀ ਸੀ ਉਹ ਵੀ ਤੇ ਜਿਹੜਾ ਹੱਕ ਸੀ ਉਹਦੀ ਉਹਦੀ ਤਸਦੀਕ ਰਹੀ ਹੁੰਦਾ ਜੀ ਵੀ ਜੇ ਕੇਂਦਰ ਸਰਕਾਰ ਸਾਨੂੰ ਦੇ ਦੇਵੇਗੀ ਅਸੀਂ ਖਾਲਸਾਤਨ ਲੈ ਲਵਾਂਗੇ ਇਨਕਾਰ ਨਹੀਂ ਕਰਾਂਗੇ ਹਮ ਅੰਨਾ ਕੀ ਭਲੇ ਚਾ ਰੱਖਾ ਹਮ ਹਮ ਜਿਹੜੀ ਗੱਲ ਤੁਸੀਂ ਅੰਦਰ ਕਰਦੇ ਹੋ ਨਾ ਰਿਆ ਦੀ ਜੀ ਗਲਤ ਹਮ ਅੰਦਰ ਨਾਰੇ ਨਹੀਂ ਲੱਗਣੇ ਚਾਹੀਦੇ ਅੰਦਰ ਜਕਾਰੇ ਲੱਗਣੇ ਚਾਹੀਦੇ ਜੀ 1984 ਤੋਂ ਪਹਿਲਾਂ ਲੈ ਲਓ ਜਾਂ ਮਿਸਲਾਂ ਦੇ ਸਾਈਡ ਤੇ ਲੈ ਲਓ ਜੀ ਜਿੰਨੇ ਵੀ ਹਥਿਆਰ ਸੀ ਤੁਹਾਡੀ ਕਿਰਪਾਨਾਂ ਛੋਟੇ ਡਾਂਗੇ ਛੋਟੇ ਸਭ ਬਾਹਰ ਰੱਖ ਕੇ ਜਾਂਦੇ ਸੀ ਹੂੰ ਹੂੰ ਅੰਦਰ ਮੱਥਾ ਟੇਕਣ ਵਾਸਤੇ ਨਹੀਂ ਵੀ ਉੱਥੇ ਸੀ ਆਵਾਦਤ ਕਰਨੀ ਆ ਜਾਂਦੀ ਬਿਲਕੁਲ ਹੈ ਲਿਖ ਕੇ ਜਦ ਸੰਤ ਭਿੰਡਰਾਂ ਵਾਲੇ ਆਏ ਉਦੋਂ ਹਥਿਆਰ ਰਲ ਜਾਣ ਦੀ ਅੱਗੇ ਜਿਹੜੀ ਸੀ ਰਵੈਤ ਪਈ ਉਹ ਜਿਹੜੀ ਅਜੇ ਵੀ ਜਾਰੀ ਤੁਰੀ ਜਾ ਰਹੀ ਹੈ ਹੁਣ ਦੇ ਲੜਾਈ ਵੀ ਹੋ ਜਾਂਦੀ ਹੈ ਜੇ ਕੋਈ ਤੇ ਇਸ ਕਰਕੇ ਉੱਥੇ ਲੜਾਈ ਨਹੀਂ ਹੋਣੀ ਚਾਹੀਦੀ ਤੁਸੀਂ ਖਾਲਿਸਤਾਨ ਦੀ ਮੰਗ ਕਰਨੀ ਹੈ ਬਾਹਰ ਕਰੋ ਬਾਬਾ ਗਰਬਖਸ਼ਨ ਦੀ ਜੰਗ ਲੜੀ ਸੀ ਉਹ ਵੀ ਦਰਬਾਰ ਤੋਂ ਬਾਹਰ ਲੜੀ ਸੀ ਬਿਲਕੁਲ ਪੱਟੀ ਸਾਹਿਬ ਆਪਣੇ ਕੋ ਸਮਝਦਾ ਸੀ ਇਸ ਕਰਕੇ ਮੈਂ ਇਹ ਕਿ ਨਾ ਕਿ ਉਹਨਾਂ ਦੀ ਗੱਲ ਦਾ ਦੇ ਖਾਲਿਸਤਾਨ ਦੀ ਗੱਲ ਦਾ ਵਾਦ ਦਾ ਪਤੰਗ ਨਹੀਂ ਬਣਾਇਆ ਚਾਹੁੰਦਾ ਉਹਨਾਂ ਨੇ ਬਿਆਨ ਜੋ ਦਿੱਤਾ ਉਹ ਬਿਲਕੁਲ ਬਿਆਨ ਜੋ ਜੋ ਜਵਾਬ ਦਿੱਤਾ ਠੀਕ ਹੀ ਦਿੱਤਾ ਉਹਨਾਂ ਨੇ ਹੂੰ ਕੌਣ ਕਹਿੰਦਾ ਮੇਰਾ ਘਰ ਨਾ ਹੋਵੇ ਹੂੰ ਹੂੰ ਤੇ ਜੇ ਘਰ ਦੀ ਗੱਲ ਹੈ ਤੇ ਉਹਨਾਂ ਦਾ ਬਿਆਨ ਦੇ ਉੱਤੇ ਕੋਈ ਕੰਟਰੋਵਰਸਰੀ ਹੋਣੀ ਚਾਹੀਦੀ ਜੇ ਕਿਸੇ ਨੂੰ ਮਨਜ਼ੂਰ ਹੈ ਤਾਂ ਵੀ ਠੀਕ ਹੈ ਨਹੀਂ ਮਨਜ਼ੂਰ ਤਾਂ ਵੀ ਠੀਕ ਹੈ ਜੀ ਬਿਲਕੁਲ ਹੈ ਪੱਟੀ ਸਾਹਿਬ ਅਗਲੀ ਗੱਲ ਕਰਾਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਈ ਗੋਬਿੰਦ ਸਿੰਘ ਲੋਂਗੋਵਾਲ ਹੋਰਾਂ ਨੇ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਸੀ ਕਿ ਪ੍ਰਸ਼ਾਦ ਜਿਹੜਾ ਆ ਉਹ ਅਸੀਂ ਵਰਤਾ ਸਕਦੇ ਹਾਂ ਜਾਂ ਲੰਗਰ ਜਿਹੜਾ ਉਹ ਵਰਤਾ ਸਕਦੇ ਹਾਂ ਕਿਉਂਕਿ ਗੁਰੂ ਘਰ ਦੀ ਮਰਿਆਦਾ ਜਿਹੜੀ ਆ ਉਹ ਇਹ ਆ ਕਿ ਉੱਥੇ ਜਿਹੜਾ ਕੋਈ ਆਇਆ ਆ ਉਹਨੂੰ ਜੇ ਲੰਗਰ ਦੀ ਜ਼ਰੂਰਤ ਹੈ ਉਹਨੂੰ ਛਕਣਾ ਤਾਂ ਉਹ ਛਕ ਵੀ ਸਕਦਾ ਆ ਪ੍ਰਸ਼ਾਦ ਜਿਹ ਕੜਾ ਪ੍ਰਸ਼ਾਦ ਦੀ ਦੇ ਗੱਸੀ ਗੁਰੂ ਸਾਹਿਬ ਦੇ ਭੇਟ ਕਰਦੇ ਆ ਜਿਹੜੀ ਉਹ ਵੀ ਲੈ ਸਕਦਾ ਸੋ ਪਰ ਕੇਂਦਰ ਸਰਕਾਰ ਨੇ ਜਿਹੜਾ ਅ ਕੀਆ ਸੀਗਾ ਕਿ ਜਦੋਂ 8 ਤਰੀਕ ਤੋਂ ਧਾਰਮਿਕ ਸਥਾਨ ਖੁੱਲਣਗੇ ਤਾਂ ਕੜਾ ਪ੍ਰਸ਼ਾਦ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਦ ਜਿਹੜਾ ਉਹਨਾਂ ਵਰਤਾਇਆ ਜਾਵੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਲੰਗਰ ਜਿਹੜਾ ਉਹਨਾਂ ਵਰਤਾਇਆ ਜਾਵੇ ਸੋ ਇਸ ਚੀਜ਼ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜ਼ਰੂਰਤ ਸੀਗੀ ਕੇਂਦਰ ਸਰਕਾਰ ਨੂੰ ਪੁੱਛਣ ਦੀ ਵੇਖੋ ਜੀ ਜਿਹੜੇ ਮੰਦਰ ਤੇ ਇਬਾਦਤ ਕਹਾਂ ਤੁਹਾਡੀਆਂ ਹੈਗੀਆਂ ਮੁਸਲਮਾਨਾਂ ਦੀ ਅੰਦਰ ਚਰਚਾ ਦੇ ਵਿੱਚ ਪ੍ਰਸ਼ਾਦ ਦੀ ਕੋਈ ਰਵਾਇਤ ਨਹੀਂ ਜੀ ਜੇ ਕਿਤੇ ਮਾਰੀ-ਮੋਟੀ ਸਿੱਖਾਂ ਨੂੰ ਵੇਖ ਕੇ ਹੈਗੀ ਵੀ ਇਹ ਤੇ ਮਾਰੀ-ਮੋਟੀ ਹੈ ਜੀ ਲੇਕਿਨ ਸਿੱਖ ਧਰਮ ਦੇ ਵਿੱਚ ਜਿਹੜਾ ਕੋਈ ਵੀ ਸਿੱਖ ਜਾਂਦਾ ਉਹ ਲੈਂਪਰਸ਼ਾਪ ਜਾਂਦਾ ਵਾ ਕਿ ਬਾਬੇ ਕੋਲੋਂ ਪ੍ਰਸ਼ਾਦ ਲੈ ਕੇ ਆਵਾਂਗੇ ਜੀ ਆਵਾਦਤ ਕਰਕੇ ਪ੍ਰਸ਼ਾਦ ਲੈ ਕੇ ਆਵਾਂਗੇ ਜੀ 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 ਲੰਗਰ ਛੱਕ ਕੇ ਆਵਾਂਗੇ ਲੰਗਰ ਤੇ ਪੰਗਰ ਸਾਡਾ ਅੱਜ ਦਾ ਸੰਕਲਪ ਹੈ ਸਾਡਾ ਪ੍ਰਣ ਹੈ ਜਿਹੜੇ ਉਹ ਦੇਗ ਜ਼ਰੂਰ ਲੈਂਦੇ ਭਾਵੇਂ ਇੰਨੀ ਵੀ ਲੈਣ ਬਿਲਕੁਲ ਇਸ ਕਰਕੇ ਮੈਂ ਸੋਚਦਾ ਵੀ ਲੂੰਗਵਾਲਸ ਨੂੰ ਪੱਤਰ ਲਿਖਣ ਦੀ ਕੋਈ ਲੋੜ ਨਹੀਂ ਸੀਗੀ ਜੀ ਕਿਉਂਕਿ ਇਹ ਸਾਡੀ ਰਵੈਤ ਆ ਜੀ ਜੀ ਬਿਲਕੁਲ ਬਾਕੀ ਧਰਮਾਂ 'ਚ ਰਵੈਤ ਨਹੀਂ ਹੈਗੀ ਜੀ ਉਹਨਾਂ ਤੇ ਬੈਨ ਹੋ ਸਕਦਾ ਲੇਕਿਨ ਸਾਡੀ ਰਿਵਾਇਤ ਤੇ ਬੰਨ ਕਰਦੇ ਲੋਕ ਕਹਿੰਦੇ ਵੀ ਦਰਬਾਰ ਸੋ ਲੈਣ ਕੀ ਜਾਣਾ ਜੇ ਅਸੀਂ ਪ੍ਰਸ਼ਾਦ ਨਹੀਂ ਲੈਣਾ ਤੇ ਹਾਂਜੀ ਇਸ ਕਰਕੇ ਇਹਨਾਂ ਨੂੰ ਬਿਆਨ ਦੇ ਕੇ ਸਾਹ ਲੈਣਾ ਚਾਹੀਦਾ ਸੀਗਾ ਜੀ ਇਹਨਾਂ ਚਿੱਠੀ ਲਿਖਤੀ ਆ ਮੋਦੀ ਸਾਹਿਬ ਨੂੰ ਖੁਸ਼ ਕਰਨ ਵਾਸਤੇ ਚੰਗੀ ਗੱਲ ਜੀ ਜੇ ਪਰਮਿਸ਼ਨ ਨਾ ਮਿਲੀ ਤੇ ਫਿਰ ਕੀ ਕਰਾਂਗੇ ਹਾਂ ਹਾਂ ਜੇ ਉਹਨਾਂ ਕਹਿੰਦੇ ਨਹੀਂ ਤੇ ਫਿਰ ਕੀ ਕਰਨਗੇ ਬੰਦ ਕਰਨਗੇ ਹਾਂ ਹਾਂ ਇਸ ਕਰਕੇ ਪ੍ਰਸ਼ਾਸਨ ਤੇ ਲੰਗਰ ਜਿਹੜਾ ਉਹ ਬੰਦ ਨਹੀਂ ਹੋ ਸਕਦਾ ਭਾਵੇਂ ਜੋ ਮਰਜ਼ੀ ਹੋਵੇ ਬੜੀ ਸਾਬ ਅਮਿਤ ਸ਼ਾਹ ਹਰਾਂ ਦੀ ਇੱਕ ਰੈਲੀ ਹੋਈ ਹੈ ਜਿਹਦੇ ਵਿੱਚ ਕਹਿੰਦੇ ਆ ਕਿ 150 ਕਰੋੜ ਦਾ ਲਗਭਗ ਖਰਚਾ ਜਿਹੜਾ ਆ ਉਹ ਹੋਇਆ ਆ ਇਹ ਰੈਲੀ ਕਿੱਥੇ ਹੋਈ ਹੈ ਤੇ ਇੰਨਾ ਖਰਚਾ ਕਿੱਥੇ ਕਰ ਦਿੱਤਾ ਉਹਨਾਂ ਨੇ ਦੂਸਰੇ ਪਾਸੇ ਕਹਿੰਦੇ ਆ ਕਿ ਆ ਆਰਥਿਕ ਸਥਿਤੀ ਜਿਹੜੀ ਆ ਉਹ ਵੀ ਲਾਕਡਾਊਨ ਦੇ ਕਾਰਨ ਕਾਫੀ ਭਾਰਤੀ ਮਾੜੀ ਜਿਹੜੀ ਆ ਉਹ ਹੋ ਗਈ ਹੈ ਹੁਣ ਮਜਬੂਰੀ ਦੇ ਵਿੱਚ ਕੇਸ ਵੀ ਚਾਹੇ ਲਗਾਤਾਰ ਵੱਧ ਰਿਹਾ ਤੇ ਇਹਨਾਂ ਨੂੰ ਲਾਕਡਾਊਨ ਜਿਹੜਾ ਉਹ ਖੋਲਣਾ ਵੀ ਪਿਆ ਆ ਕੁਝ ਰਿਲੈਕਸੇਸ਼ਨ ਦੇ ਕੇ ਤੇ ਪਰ ਜਿਹੜਾ ਆ ਉਹ ਕਰੋਨਾ ਵਾਇਰਸ ਤੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਪੰਜਵੇਂ ਨੰਬਰ ਤੇ ਚਲਾ ਗਿਆ ਇਸ ਵੇਲੇ ਜਿੱਥੋਂ ਤੱਕ ਰੈਲੀ ਦੀ ਗੱਲ ਆ ਜੀ ਰੈਲੀ ਜਿਹੜੀ ਆ ਉਹ ਬਿਆਰ ਚ ਹੋਈ ਕਿਉਂਕਿ ਬਿਆਰ ਦੇ ਵਿੱਚ ਨਵੰਬਰ ਚ ਚੋਣਾਂ ਨੇ ਹਾਂ ਉਹਨਾਂ ਨੇ ਕਿਹਾ ਵੀ ਸਾਡੇ ਸ਼ਾਸਨ ਬਾਬੂ ਨਿਤਿਸ਼ ਕੁਮਾਰ ਦੀ ਅਗਵਾਈ ਅਟਛ ਆਪਣੀ ਜਨਤਾ ਦਲ ਜੂ ਜੀ ਤੇ ਨਾਲ ਸਾਡੀ ਜਿਹੜੀ ਆਪਣੀ ਇੱਕ ਬੀਜੇਪੀ ਇਲੈਕਸ਼ਨ ਲੜਨਗੇ ਜੀ ਇਹ ਰਲ ਕੇ ਉਹਗੇ ਲੜੇ ਨੇ ਇਕੱਠੇ ਲੜਨਗੇ ਹਾਂ ਹਾਂ ਹੁਣ ਇਹ ਆ ਵੀ 150 ਕਰੋੜ ਰੁਪਏ ਤੁਸੀਂ ਖਰਚ ਕਰਤਾ ਉਹ ਟਿੱਕਰ ਰੈਲੀ ਦੇ ਉੱਤੇ ਜੀ ਤੁਸੀਂ 75 ਰੈਲੀਆਂ ਕਰਨੀਆਂ ਉੱਥੇ ਜੇ 75 ਰੈਲੀਆਂ ਬਣਦੇ ਕਿੰਨੇ ਅਰਬ ਰੁਪਏ ਬਣਦਾ ਹਾਂ ਜੇ ਇਹੀ 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 ਪੈਸਾ ਗਰੀਬਾਂ ਦੀ ਵੈਲਫੇਅਰ ਵਾਸਤੇ ਖਰਚ ਕੀਤਾ ਜਾਵੇ ਕਿੰਨੀ ਚੰਗੀ ਗੱਲ ਦਾ ਹਾਂ ਹਾਂ ਰੈਲੀਆਂ ਤੁਸੀਂ ਉਹ ਲੋਕਾਂ ਨੂੰ ਆਪਣੀ ਟੀਵੀ ਤੇ ਕਹਿ ਕੇ ਆਪਣੇ ਵੈਬ ਚੈਨਲਾਂ ਤੇ ਕਹਿ ਕੇ ਵੀ ਕਹਿ ਸਕਦੇ ਵੀ ਅਸੀਂ ਕੀ ਚਾਹੁੰਦੇ ਹਾਂ ਜੀ ਰੈਲੀ ਦੇ ਵਿੱਚ ਤੁਸੀਂ 70000 LED ਲਾਈਆਂ ਹਮ ਇੱਕ LED ਤੇ 20000 ਰੁਪਏ ਖਰਚ ਆਇਆ ਜੀ ਜੇ 20000 ਖਚ ਲਾਇਆ ਤੇ 144 ਕਰੋੜ ਰੁਪਈਆ ਸਿਰਫ ਤੁਸੀਂ LED ਤੇ ਲਾ ਦਿੱਤਾ ਹਮ ਬਾਕੀ ਜਿਹੜਾ 5-6 ਕਰੋੜ ਰੁਪਈਆ ਚਲੋ ਟੈਂਟ ਲਾਉਣ ਤੇ ਲਾਤਾ ਉਹ ਜਿਵੇਂ ਹਮ ਲੇਕਿਨ ਮੇਰਾ ਕਹਿਣ ਤੋਂ ਪਾਬਾ ਵੀ ਇੱਕ ਰੈਲੀ ਤੇ ਤੁਸੀਂ 150 ਕਰੋੜ ਰੁਪਈਆ ਖਰਚ ਕਰਤਾ ਤੇ ਗਰੀਬ ਦੇਸ਼ ਦੇ ਗਰੀਬ ਲੋਕ ਆਪਣੇ ਘਰਾਂ ਨੂੰ ਜਾਣ ਵਾਸਤੇ 12 1200 ਕਿਲੋਮੀਟਰ ਪੈਦਲ ਜਾ ਰਹੇ ਆ ਸਾਈਕਲ ਤੇ ਜਾ ਰਹੇ ਆ ਤੁਰਕ ਕਿਸੇ ਤਰੀਕੇ ਨਾਲ ਜਾ ਰਹੇ ਆ ਹੂੰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਬਿਲਕੁਲ ਕਿੰਨਾ ਚੰਗਾ ਹੁੰਦਾ ਵੀ ਇਹ ਪੈਸੇ ਉਹਨਾਂ ਦੀ ਵੈਲਫੇਅਰ ਵਾਸਤੇ ਖਰਚ ਕੀਤੇ ਜਾਂਦੇ ਇਹ ਪੈਸੇ ਕਿੱਥੋਂ ਆਏ ਕਿਵੇਂ ਆਏ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਆ ਹੂੰ ਤੁਹਾਨੂੰ ਪਤਾ ਇੱਕ ਬਣਿਆ ਸੀ ਪ੍ਰਧਾਨ ਮੰਤਰੀ ਰੀਲੀਫ ਫੰਡ 1948 ਜੀ ਜੀ ਉਹ ਅੱਜ ਵੀ ਚੱਲਦਾ ਹੂੰ ਹੂੰ ਉਹ ਇਹਨਾਂ ਪ੍ਰਧਾਨ ਮੰਤਰੀ ਰੀਲੀਫ ਫੰਡ ਦੇ ਨਾਲ ਇੱਕ ਬਣਾਤਾ ਪੀਐਮ ਕੇਅਰ ਫੰਡ ਜੀ ਪੀਐਮਰ ਕੇਅਰ ਖੰਡ ਦੀ ਜਦੋਂ ਜਾਣਕਾਰੀ ਮੰਗੀ ਆਰਟੀ ਤੇ ਕਿਸੇ ਨੇ ਵੀ ਆਜਾਰ ਕੀਤਾ ਨਹੀਂ ਦੇ ਸਕਦੇ ਸੀ ਹੂੰ ਨਹੀਂ ਦੇੜੀ ਸੀ ਹੂੰ ਹੂੰ ਤੇ ਫਿਰ ਅਸੀਂ ਸੋਚਦੇ ਵੀ ਉਹ ਜਿਹੜਾ 10-15000 ਕੋਟ ਰੁਪਏ ਖਰਚ ਹੋਇਆ ਇਕੱਠਾ ਆਇਆ ਵਾ ਜੀ ਉਹ ਫਿਰ ਇਹਨਾਂ ਕੰਮਾਂ ਦੇ ਖਰਚ ਹੋਊਗਾ ਬੀਐਮ ਕੇਅਰ ਫੰਡ ਜਿਹੜਾ ਗਰੀਬਾਂ ਵਾਸਤੇ ਦੀ ਜੀ ਇਹ ਰੈਲੀਤੀ ਖਰਚ ਹੋਏਗਾ ਜੀ ਜੀ ਪੱਟੇ ਸਾਹਿਬ ਅਗਲੀ ਗੱਲ ਕਰੀਏ ਥੋੜੀ ਜਿਹੀ ਪੰਜਾਬੀਆਂ ਦੀ ਕਹਿੰਦੇ ਇੱਕ ਮਹੀਨੇ ਦੇ ਵਿੱਚ ਲਗਭਗ 700 ਕਰੋੜ ਦੀ ਸ਼ਰਾਬ ਵੀ ਪੀ ਗਏ ਨੇ ਇਹ ਕਿਹੜੇ ਮਹੀਨੇ ਦੀ ਗੱਲ ਆ ਕਿਹੜੇ ਇੱਕ ਮਹੀਨੇ ਦੀ ਕਿੱਥੋਂ ਲੈ ਕੇ ਕਿਹੜੀ ਡੇਟ ਦੇਖੋ ਜੀ ਇਹ 8 ਮਈ ਤੋਂ ਲੈ ਕੇ ਤੇ 8 ਜੂਨ ਤੱਕ ਜਿਹੜਾ ਇਹਨਾਂ ਨੇ ਸਾਰਾ ਕੱਢਿਆ ਵਾ ਡਾਟਾ ਉਹ 700 ਕਰੋੜ ਰੁਪਏ ਦੀ ਪੰਜਾਬੀ ਸ਼ਰਾਬ ਪੀ ਗਏ ਜੀ ਹਾਲੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੁਧਿਆਣਾ ਹੋਇਆ ਖੰਨਾ ਹੋਇਆ ਮੱਡੀ ਗਵਿੰਦਗੁਰੇ ਜਿੱਥੇ ਜਿਹੜੇ ਸੀ ਪ੍ਰਵਾਸੀ ਮਜ਼ਦੂਰ ਰਹਿੰਦੇ ਸੀ ਉੱਥੇ ਸ਼ਰਾਬ ਦੀ ਵਿਕਰੀ ਘਟ ਗਈ ਹੈ। ਅੱਛਾ ਜੀ। ਕਿ ਉਹ ਜ਼ਿਆਦਾ ਜਿਹੜੀ ਠੇਕੇ ਦੀ ਜਿਹੜੀ ਦੇਸੀ ਠੇਕੇ ਦੀ ਸ਼ਰਾਬ ਲੈ ਕੇ ਪੀਂਦੇ ਨੇ ਉਹ ਬਹੁਤ ਵਿਕਰੀ ਘਟ ਗਈ ਹੈ। ਜੀ। ਜੇ ਉਹ ਵੀ ਵਿਕਰੀ ਹੋ ਜੇਂਦੀ ਤੇ ਮੇਰੇ ਸਾਸੋ ਦੀ ਵੀ 800 ਕਰੋੜ ਜੰਦਾ। ਹਮਮ। ਲੇਕਿਨ 700 ਕਰੋੜ ਰੁਪਏ ਦੀ ਤੁਸੀਂ ਸ਼ਰਾਬ ਪੀ ਗਿਓ ਇਹਦਾ ਮਤਲਬ ਇੱਕ ਸੈਕਿੰਡ ਦੇ ਵਿੱਚ ਤੁਸੀਂ 2700 ਕਰੋੜ ਰੁਪਏ ਦੀ ਸ਼ਰਾਬ ਪੀਤੀ ਹੈ। ਹਮਮ। 2700 ਰੁਪਏ ਦੀ ਜੀ 2700 ਰੁਪਏ ਦੀ ਸ਼ਰਾਬ ਪੀਤੀ ਤੁਸੀਂ ਹਮ ਇੱਕ ਸੈਕਿੰਡ ਦੇ ਵਿੱਚ ਜੀ ਜੇ ਇੰਨੀ ਕੀਤੀ ਸ਼ਰਾਬ ਪੀਤੀ ਹੈ ਤੇ ਜੇ ਇਹੀ ਪੈਸਾ ਜਿਹੜਾ ਸੀ ਕਿਸੇ ਹੋਰ ਕਾਰੋਬਾਰਸ ਵਿੱਚ ਲਗਨ ਕੀਤਾ ਕੋਈ ਆਪਣੇ ਜਿਹੜੇ ਸ਼ਰਾਬ ਪੀਤੀ ਆਪਣੇ ਬੱਚਿਆਂ ਦੀ ਵੈਲਫੇਅਰ ਕਰਦੇ ਲੋਕ ਭਲਾਈ ਵਾਸਤੇ ਕਰਦੇ ਸਮਾਜ ਭਲਾਈ ਕਰਦੇ ਕਹਿੰਦਾ ਚੰਗਾ ਹੁੰਦਾ ਹਮ ਹਮ ਬਿਲਕੁਲ ਇਹ ਅਜਿਹਾ ਲੱਗਦਾ ਵੀ ਜਿਹੜੀ ਲਾਕਡਾਊਨ ਦੇ ਸਮੇਂ ਹੀ ਕਹਿੰਦੇ ਜੀ ਪੰਜਾਬ ਗਰੀਬ ਹੋ ਗਿਆ ਜੀ ਪੱਲੇ ਕੁਛ ਹੀ ਰਹਿ ਗਿਆ ਜੀ ਉਹ ਗੱਲ ਹੈ ਨਹੀਂ ਜੇ 700 ਰੁਪਏ ਦੀ ਸ਼ਰਾਬ ਪੀ ਗਏ ਜੀ ਇਹ ਤਾਂ ਸਿਰ ਪੋਛ ਰਾਬਾ ਜਿਹੜੀ ਸਰਕਾਰ ਤੋਂ ਮੁੱਲ ਲੱਕੀ ਪੀਤੀ ਆ ਜਿਹੜੀ ਅਸੀਂ ਆਪਣੇ ਘਰਾਂ ਚ ਕੱਢ ਕੇ ਪੀਤੀ ਆ ਬਿਲਕੁਲ ਜਿਹੜੀ ਅਸੀਂ ਪਿੰਡ ਪਿੰਡਾਂ ਚ ਕੱਢ ਕੇ ਪੀਤੀ ਉਹ ਇੱਕ ਵੱਖਰੀ ਹੈਗੀ ਉਹਦਾ ਅੰਦਾਜ਼ਾ ਹੀ ਕੋਈ ਨਹੀਂ ਜੀ 1978 ਦੇ ਵਿੱਚ ਜਿਹੜਾ ਐਜੂਕੇਸ਼ਨ ਮਿਨਿਸਟਰ ਸੀਗਾ ਉਹਨੇ ਕਿਹਾ ਸੀਗਾ ਹੂੰ ਵੀ ਸਰਕਾਰ ਕੋਲੋਂ ਅਸੀਂ 55 55 ਕਰੋੜ ਰੁਪਏ ਦੀ ਸ਼ਰਾਬ ਕਿੰਨੇ ਆ 1978 ਦੇ ਵਿੱਚ ਹੂੰ ਹੂੰ ਤੇ 110 ਕਰੋੜ ਦੀ ਕ੍ਰਿਕਟ ਕੇ ਪੀ ਲੈਨੇ ਹੂੰ ਜੇ ਉਹ ਮਨਿਸਟਰ ਦੀ ਗੱਲ ਕਰ ਲਈਏ ਤੇ ਫਿਰ ਘੱਟ 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 ਕਰਕੇ ਕਿੰਨੀ ਪੀਤੀ ਅਸੀਂ ਹੂੰ ਤੇ ਕਿਉਂ ਪੀਤੀ ਇਹ ਸਭ ਨੂੰ ਪਤਾ ਐਸ ਕਰਕੇ ਜੇ ਆਪਾਂ ਕਹਿ ਲਈਏ ਵੀ ਪੰਜਾਬ ਗਰੀਬ ਆ ਹੂੰ ਗਰੀਬ ਗਰੀਬ ਵਾਲੀ ਗੱਲ ਕੋਈ ਲੱਗਦੀ ਨਹੀਂ ਇਹ ਐਸ ਹਸਾਬ ਨਾਲ ਜੀ ਬਿਲਕੁਲ ਪੱਟੀ ਸਾਹਿਬ ਅਗਲੀ ਖਬਰ ਹੈ ਕਿ ਸੁਚਾ ਸਿੰਘ ਛੋਟੇਪੁਰ ਵੀ ਕਹਿੰਦੇ ਆ ਕਿ ਫੇਰ ਦੁਬਾਰਾ ਤੋਂ ਵੱਡੇ ਹੋਣ ਵੱਲ ਵਧ ਰਹੇ ਆ ਇਹ ਕੀ ਮਾਜਰਾ ਆ ਕੀ ਗੱਲ ਆ ਕਿੱਧਰ ਨੂੰ ਜਾ ਰਹੇ ਆ ਕਿਵੇਂ ਹੁਣ ਦੁਬਾਰਾ ਫੇਰ ਉਹ ਅ ਵੱਡੇ ਹੋ ਰਹੇ ਆ ਸੁੱਚਾ ਸਿੰਘ ਛੋਟੇ ਪੁਰ ਤੇ ਫਿਰ ਡੋਰੇ ਪਾਏ ਜਾ ਰਹੇ ਆ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਆਜੋ ਜੀ ਮਹਾਰਾਜ ਸਾਡੇ ਵਾਲੇ ਪਾਸੇ ਆਜੋ ਜੀ ਉਹ ਕਹਿੰਦਾ ਮੈਂ ਤੁਹਾਡੇ ਦਾ ਤੁਲ ਨਹੀਂ ਤਿਆਰ ਹਾਂ ਹਮ ਲੇਕਿਨ ਮੇਰਾ ਕਸੂਰ ਤੇ ਪਿੰਨ ਦੱਸ ਮੇਰਾ ਕਸੂਰ ਕੀ ਸੀ ਕੱਢਿਆ ਕੋਈ ਸੀ ਤੇ ਮੈਨੂੰ ਹਮ ਨਰਨ ਇਹ ਵੀ ਕਿਹਾ ਸੀਗਾ ਕਿ ਕੇਜਰੀਵਾਲ ਮੇਰੇ ਕੋਲ ਮਾਫੀ ਮੰਗ ਲੈ ਘਰ ਆ ਕੇ ਦੂਸਰੀ ਚੀਜ਼ ਉਹਨੇ ਇੰਨੀ ਗੱਲ ਕਹੀ ਆ ਉਹਨੇ ਕਿਹਾ ਵੀ ਜੇ ਤੁਸੀਂ ਮੈਨੂੰ ਸ਼ਾਮਲ ਕਰਨਾ ਚਾਹੇ ਮੈਨੂੰ ਉਹਨੇ ਮੇਰੀ ਮੁਲਾਕਾਤ ਕੇਜਰੀਵਾਲ ਨਾਲ ਕਰਾਓ ਹਮ ਮੈਂ ਕੁਝ ਗੱਲਾਂ ਕਰ ਰਹੀ ਹਾਂ ਉਹ ਨਾਲ ਹਮ ਨਾ ਕੇਜਰੀਵਾਲ ਨਾਲ ਮੁਲਾਕਾਤ ਹੋਣੀ ਹੈ ਨਾ ਕਿ ਸ਼ਾਮਲ ਕਰਨਾ ਮੈਂ ਭਾਵੇਂ ਕਿ ਭਗਵੰਤ ਮਾਨ ਨੇ ਕਿਹਾ ਵੀ ਵੈਲਕਮ ਜੀ ਸੁੱਚਾ ਸਿੰਘ ਛੋਟੇਪੁਰ ਨੂੰ ਅਸੀਂ ਜੀ ਆਇਆਂ ਨੂੰ ਹਮ ਸੁੱਚਾ ਸਿੰਘ ਛੋਟੇਪੁਰਾਂ ਦੇ ਵੀ ਚਲੋ ਮੈਂ ਆ ਜਾਣਾ ਹਮ ਲੈਕਿਨ ਜਿਹੜੀ ਪੋਸਟ ਤੋਂ ਮੈਨੂੰ ਫਾਰਕ ਕੀਤਾ ਸੀ ਫਿਰ ਇੱਕ ਪੋਸਟ ਤੇ ਬਿਠਾ ਦੇ ਮੈਨੂੰ ਮੈਂ ਕਹਾਂ ਮੈਂ ਆਪਣੀ ਪੁਰੇ ਪੋਸਟ ਤੇ ਗਿਆ ਹਾਂ 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 ਨਾਓ ਪੋਸਟ ਮਿਲਣੀ ਹੈ ਹਾਂ ਤੇ ਹਾਲ ਦੀ ਕੜੀ ਸੁੱਚਾ ਸਿੰਘ ਛੋਟੇ ਪੁੱਜੜੇ ਅੰਡਾਮਨ ਤੇ ਹੈਗੇ ਨੇ ਅਰੇ ਨੇ ਹਾਂ ਹਾਂ ਵੀ ਮੈਨੂੰ ਪਹਿਰਾ ਕਸੂ ਦੱਸਿਆ ਜਾਵੇ ਜੀ ਉਹ ਪੋਸਟ ਦਿੱਤੀ ਜਾਵੇ ਤੇ ਮੇਰੀ ਕੇਜਰੀਵਾਲ ਨਾਲ ਗੱਲਬਾਤ ਕਰਾਈ ਜਾਵੇ ਜੀ ਤੇ ਜੇ ਕੇਜਰੀਵੰਦ ਗੱਲ ਮੰਨੀ ਹੁੰਦੀ ਤੇ ਫਿਰ ਸ਼ਾਇਦ ਉਹ ਨਾ ਜਾਣ ਜੀ ਲੇਕਿਨ ਮੈਨੂੰ ਇਹ ਵੀ ਪਤਾ ਲੱਗਾ ਸੀ ਉਹਨਾਂ ਕਹਿੰਦੇ ਸੀ ਮੈਨੂੰ ਪੂਰੇ ਮਾਝੇ ਦਾ ਚਾਰਜ ਦਿੱਤਾ ਜਾਵੇ ਮੈਂ ਮੱਝ ਦੇ ਟਿਕਟਾ ਮੈਂ ਵੰਡੂਗਾ ਸਭ ਕੁਝ ਮੈਂ ਵੰਡੂਗਾ ਜੀ ਇਹ ਗੱਲਾਂ ਆਮ ਆਦੀ ਪਾਰਟੀ ਨੂੰ ਮਨਜ਼ੂਰ ਆਉਂਦੀ ਨਹੀਂ ਹੋਣੀਆਂ ਕਿਉਂਕਿ ਉੱਥੇ ਇਹ ਬੰਦਮਨ ਸ਼ੋਅ ਇੱਕ ਤੋਂ ਬੰਦਾ ਆ ਕੇ ਵੀ ਕਈ ਵਾਰ ਚਰਚਾ ਤਰੀ ਆ ਕਿ ਛੋਟੇਪੁਰ ਆ ਰਹੇ ਆ ਫਿਰ ਗੱਲ ਜਿਹੜੀ ਟੁੱਟ ਜਾਂਦੀ ਹੈ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਹੋਵੇਗਾ ਜਦੋਂ ਇਹ ਭਗਵੰਤ ਮਾਨ ਤੇ ਸੁੱਚਾ ਸਿੰਘ ਛੋਟੇਪੁਰ ਇਕੱਠੇ ਸੀਗੇ ਹਮ ਹਮ ਤੇ ਇੱਕ ਆਡੀਓ ਵਾਇਰਲ ਹੋਈ ਸੀ ਜੀ ਆਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਚਾਚਾ ਹਮ ਸਿੱਧੂ ਆ ਰਿਹਾ ਆਪਣਾ ਕੀ ਬਣੂਗਾ ਹਮ ਆਪਾਂ ਕਿੱਥੇ ਜਾਵਾਂਗੇ ਉਹ ਆ ਰਿਹਾ ਸਿੱਧੂ ਮਾਰਦਾ ਛਾਲਾ ਹਮ ਉਹਦੋਂ ਫਿਰ ਸਿੱਧੂ ਦੀ ਜਿਹੜੀ ਸੀ ਆਉਣ ਦੀ ਕਹਾਣੀ ਖਤਮ ਹੋ ਗਈ ਸੀ ਨਹੀਂ ਆ ਸਕਿਆ ਜੀ ਇਸ ਕਰਕੇ ਉਸ ਟਾਈਮ ਦੇ ਉੱਤੇ ਇਹਦਾ ਦਾ ਬਚਾਅ ਹੋ ਗਿਆ ਸੀ ਤੇ ਅੱਜ ਵੀ ਜਿਹੜਾ ਹੁਣ ਬਿਆਨ ਦਿੱਤਾ ਤੁਹਾਡੇ ਜਿੰਨੇ ਆਪਣੇ ਨੇ ਮਾਨ ਨੇ ਭਗਵੰਤ ਮਾਨ ਨੇ ਉਹਨੇ ਕਿਆ ਵੀ ਮੈਨੂੰ ਸਿੱਧੂ ਨੇ ਪੰਜਾਬ ਮਿਲੀਡਰਸ਼ਿਪ ਨੂੰ ਨਾ ਸਿੱਧੂ ਨੇ ਨਾ ਸਿੱਧੂ ਕਿਸੇ ਬੰਦੇ ਨੇ ਕਿਸੇ ਨੂੰ ਕੋਈ ਅਪਰੋਚ ਨਹੀਂ ਕੀਤਾ ਇਹ ਸਭ ਗੱਲਾਂ ਸਿੱਧੂ ਬਿਲਕੁਲ ਨਹੀਂ ਹਾਲ ਦੀ ਖੜੀਆ ਵੱਲ ਪੱਟ ਜਾ ਰਿਹਾ ਜੀ ਇਸ ਕਰ ਇਸ ਕਰਕੇ ਮੈਂ ਸੁਚੇਤਾ ਵੀ ਸੁੱਚਾ ਸਿੰਘ ਛੋਟੇ ਪੁਰ ਨੂੰ ਆਪਣੀ ਵਾਪਸੀ ਲਈ 10 ਵਾਰੀ ਜਰੂਰ ਸੋਚਣਾ ਚਾਹੀਦਾ ਜੀ ਆਪਣਾ ਪੰਜਾਬ ਦਾ ਪਾਰਟੀ ਬਣਾਈ ਸੀ ਭਾਵੇਂ ਉਹਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਹਮਮ ਲੇਕਿਨ ਉਹਨਾਂ ਆਪਣੀ ਹੋਣ ਦਾ ਪ੍ਰਗਟਾਵਾ ਕੀਤਾ ਜੀ ਬਟ ਸਾਬ ਗਲਾਸ ਦੇ ਉੱਤੇ ਖਬਰ ਹੈ ਜਿਹੜੀ ਮੈਂ ਚਾਹੂੰਗਾ ਕਿ ਤੁਸੀਂ ਇੱਕ 1.5 ਮਿੰਟ ਦੇ ਵਿੱਚ ਵਿੱਚ ਪੂਰੀ ਜਿਹੜੀ ਆ ਉਹ ਕਰ ਦਿਓ ਉਸ ਮੇਧ ਸੈਣੀ ਵਾਲੇ ਮਾਮਲੇ ਦੇ ਵਿੱਚ ਸੀਬੀਆਈ ਦੇ ਕੋਲੋਂ ਪੰਜਾਬ ਪੁਲਿਸ ਨੇ ਜਿਹੜਾ ਆ ਉਹ ਰਿਕਾਰਡ ਜਿਹੜਾ ਆ ਉਹ ਮੰਗਿਆ ਆ ਤੇ ਉਹ ਵਾਕਿਆ ਹੀ ਰਿਕਾਰਡ ਜਿਹੜਾ ਸੀਬੀਆਈ ਵੱਲੋਂ ਦਿੱਤਾ ਜਾਏਗਾ ਉਹਨਾਂ ਕੋਲ ਹੈਗਾ ਰਿਕਾਰਡ ਜਾਂ ਫਿਰ ਇਸ ਮਾਮਲੇ ਦਾ ਕੀ ਬਣੇਗਾ ਮਿੱਖੂ ਜਿਹੜੀ ਸੱਟ ਬਣੀ ਜੀ ਪੰਜਾਬ ਵਾਲੀ ਜਿਹੜੀ ਸੈਣੀ ਦੀ ਪਰਤਾਲ ਕਰ ਰਹੀ ਹੈ ਜੀ ਉਹਨਾਂ ਨੇ ਸੀਬੀਆਈ ਕੋਲੋਂ ਰਿਕਾਰਡ ਮੰਗਿਆ ਵੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਸੀ ਇਸ ਕੇਸ ਦੇ ਵਿੱਚ ਸਾਨੂੰ ਫਾਈਲ ਦਿੱਤੀ ਜਾਵੇ ਹਮਮ ਲੇਕਿਨ ਸੀਬੀਆਈ ਨੇ ਕਹਿੰਤਾ ਸਾਡੇ ਕੋਲ ਫਾਈਲ ਉਹ ਨਹੀਂ ਅਸੀਂ 2014 ਤੋਂ ਨਸ਼ਟ ਕਰ ਦਿੱਤੀ ਸੀ ਜੀ ਪਹਿਲੀ ਗੱਲ ਤੇ ਇਹ ਗਲਤ ਹੈ ਉਹ ਜਾਣ ਬੁੱਝ ਕੇ ਨਹੀਂ ਦੇਣਾ ਚਾਹੁੰਦੇ ਹਮ ਕਿਉਂਕਿ ਸੈਣੀ ਦੇ ਹੱਥ ਛੋਟੇ ਨਹੀਂ ਜੀ ਸੈਣੀ ਦੇ ਹੱਥ ਬਹੁਤ ਲੰਬੇ ਆ ਦਿਲੀ ਵਿੱਚ ਬੜੇ ਬੜੇ ਦੋਸਤ ਬਿਠੇ ਹੋਦੇ ਜਿਨ੍ਹਾਂ ਨੇ ਉਹਦਾ ਕੱਖ ਨਹੀਂ ਵਿਗੜ ਦੇਣਾ ਹੂੰ ਹੂੰ ਹੁਣ ਜੇ ਅੱਜ ਉਹ ਦੁਬਾਰਾ ਜਾਂਚ ਕਰਦੇ ਉਹਦੇ ਵਿੱਚ ਬਹੁਤ ਸਾਰੇ ਬੰਦੇ ਗਵਾਹ ਮਰ ਚੁੱਕੇ ਆ ਜੀ ਉਹਨਾਂ ਕੋਲ ਬਕਾਨ ਰਿਕਾਰਡਡ ਪਏ ਉਹਨਾਂ ਦੇ ਹੂੰ ਇਸ ਕੇ ਉਹਨਾਂ ਫਾਈਲ ਮੰਗੀ ਸੀ ਹਾਲ ਦੀ ਘੜੀ ਇੱਕ ਪੂਰੀ ਤੇ ਨਾ ਕਰ ਦਿੱਤੀ ਉਹਨਾਂ ਨੇ ਹੂੰ ਅਗਲੀ ਵਾਰੀ ਸ਼ਾਇਦ ਕੋਈ ਪ੍ਰੈਸ਼ਰ ਪਾਵੇ ਤੇ ਦੇ ਦੇ ਸੀਬੀਆਈ ਹੂੰ ਜੇ ਸੀਬੀਆਈ ਨਹੀਂ ਦਿੰਦੀ ਤੇ ਫਿਰ ਮੈਂ ਸੋਚਦਾ ਵੀ ਜਿੱਦਾਂ ਉਹ ਡਿਸਟਰਾਇ ਹੋ ਗਿਆ ਰਿਕਾਰਡ ਇਹਦਾ ਕੇਸ ਦਾ ਵੀ ਬਹੁਤ ਕੁਛ ਬਣਨ ਵਾਲਾ ਨਹੀਂ ਜੀ ਜੀ ਸੋ ਬਿਲਕੁਲ ਪੱਟੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਸਨ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਜਿਨ੍ਹਾਂ ਨੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਸ਼ਾਮਲ ਹੋ ਕੇ ਖਬਰਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਹੈ ਤੇ ਸਾਰੇ ਹੀ ਦਰਸ਼ਕ ਜਿਹੜੇ ਆ ਉਹਨਾਂ ਤੱਕ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਪਹੁੰਚਾਈ ਆ ਸੋ ਪੱਟੀ ਸਾਹਿਬ ਦਾ ਧੰਨਵਾਦ ਕਰਦੇ ਆ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤਿਆ ਤੇ ਇੱਥੇ ਹੀ ਆਗਿਆ ਚਾਹਾਂਗੇ ਸਾਰੇ ਹੀ ਦਰਸ਼ਕਾਂ ਕੋ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸ